ਇਹ ਅੱਜ ਦਾ ਉਪਰਾਲਾ ਯੂਨਾਈਟਿਡ ਪ੍ਰੈਸ ਕਲੱਬ ਵਾਲਿਆਂ ਨੇ ਕੀਤਾ, ਇਹ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ ਲੁਧਿਆਣੇ ਦੀਆਂ ਹੋਰ ਜਥੇਬੰਦੀਆਂ ਵਾਸਤੇ ਵੀ। ਪ੍ਰੈਸ ਦੇ ਬੰਦੇ ਆਪ ਨਿਕਲ ਕੇ ਸਾਹਮਣੇ ਆਏ, ਇੱਕ ਕਰੋਨਾ ਦੀ ਲੜਾਈ ਦੇ ਵਿੱਚ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਇਹ ਦੋ ਮਸ਼ੀਨਾਂ ਲਿਆ ਕੇ ਕਾਰਪੋਰੇਸ਼ਨ ਨੂੰ ਦਿੱਤੀਆਂ ਸਰਵਿਸ ਦੇਣ ਵਾਸਤੇ ਸਾਰੇ ਲੁਧਿਆਣੇ ਦੀ ਸਾਰੀ ਦਵਾਈ ਔਰ ਡੀਜ਼ਲ ਵਗੈਰਾ ਔਰ ਜਿਹੜੀ ਹੋਰ ਉੱਤੇ ਗੱਡੀ ਚਲਾਉਣ ਵਾਲੇ ਬੰਦੇ ਆ, ਇਹ ਸਾਰੇ ਪ੍ਰੈਸ ਕਲੱਬ ਵੱਲੋਂ ਦਿੱਤੇ ਜਾ ਰਹੇ ਹੈ। ਅਤੇ ਇਹ ਸ਼ੁਰੂ ਹੋ ਚੁੱਕਿਆ, ਇਹਦੇ ਨਾਲ ਦੋਨੋਂ ਮਸ਼ੀਨਾਂ ਨਾਲ ਤਕਰੀਬਨ 3-4 ਦਿਨ ਸਾਰਾ ਲੁਧਿਆਣਾ ਕਵਰ ਹੋਏਗਾ। ਲੁਧਿਆਣੇ ਦੇ ਹਰੇਕ ਵਾਰਡ ਨੂੰ ਕਵਰ ਕੀਤਾ ਜਾਏਗਾ, ਇਹ ਸੂਬਾ ਤੋਂ ਸ਼ਾਮ ਤੱਕ ਚੱਲਣਗੀਆਂ। ਅਤੇ ਮੈਨੂੰ ਲੱਗਦਾ ਆ ਵੀ ਅੱਜ ਦੀ ਤਰੀਕ 'ਚ ਜਿਵੇਂ ਸੈਨੇਟਾਈਜੇਸ਼ਨ ਦੀ ਕਿਤੇ ਨਾ ਕਿਤੇ ਕਮੀ ਮਹਿਸੂਸ ਹੁੰਦੀ ਹੈ, ਉਹਨੂੰ ਅਤੇ ਸਾਰਾ ਵੱਡੇ ਲੈਵਲ 'ਤੇ ਲਾਭ ਮਿਲੇਗਾ। ਦੇਖੋ ਪ੍ਰਬੰਧ ਪੂਰੇ ਸਾਰੇ ACP ਕੋਹਲੀ ਹੈ, ਚਾਹੇ ਸਾਡੇ ਲਾਅ ਐਂਡ ਆਰਡਰ ਅਤੇ ਪੁਲਿਸ ਫੋਰਸ ਹੈ, ਚਾਹੇ ਸਾਡੇ ਸਿਵਿਕ ਬੋਡੀ ਦੇ ਸਫਾਈ ਕਰਮਚਾਰੀ ਨੇ, ਅਤੇ ਚਾਹੇ ਹੈਲਥ ਦੇ ਡਿਪਾਰਟਮੈਂਟ ਦੇ ਬੰਦੇ ਨੇ, ਅਤੇ ਚਾਹੇ ਫੂਡ ਦੇ ਜਿਹੜੇ ਡਿਸਟ੍ਰੀਬਿਊਸ਼ਨ 'ਚ ਲੱਗੇ ਹੋਏ ਆ, ਗਰੀਬਾਂ ਨੂੰ ਰਾਸ਼ਨ ਪਹੁੰਚਾ ਦਿੰਦੇ ਪਏ ਹਾਂ। ਜਿੱਥੇ ਜਿੱਥੇ ਸਾਡੇ ਕੋਲ ਅੱਜ ਕੇ ਟਾਈਮ 'ਚ ਅਵੇਲੇਬਿਲਟੀ ਹੈ ਮਸ਼ੀਨ ਦੀ, ਜਿੱਦਾਂ ਅੱਜ ਆਸੂ ਜੀ MLA ਸਾਹਿਬ ਸੰਧੂ ਸਾਹਿਬ ਦੇ ਨਾਲ ਲੱਗ ਕੇ ਆਪਾਂ ਇਹ ਮੁਹਿੰਮ ਚਲਾਈ ਹੈ, ਮੇਅਰ ਸਾਹਿਬ ਵੀ ਨਾਲ ਸੀ, ਕਿ ਪੂਰੇ ਲੁਧਿਆਣੇ ਨੂੰ ਸੈਨੀਟਾਈਜ਼ ਕਰਨਾ ਹੈ। ਔਰ ਜਿਹੜੀ COVID-19 ਦੀ ਇੱਕ ਬਹੁਤ ਵੱਡੀ ਵਿਪਤਾ ਆਈ ਹੋਈ ਹੈ, ਇਹਨੂੰ ਆਪਾਂ ਬੜੇ ਤਰੀਕੇ ਨਾਲ ਇੱਕ ਇੱਕ ਏਰੀਆ, ਇੱਕ ਇੱਕ ਗਲੀ, ਇੱਕ ਇੱਕ ਕਸਬਾ ਜਿਹੜਾ ਹੈ ਉਹ ਸੈਨੀਟਾਈਜ਼ ਕਰਨਾ, ਇੱਕ ਇੱਕ ਵਾਰਡ ਕਰਨਾ ਹੈ। ਔਰ PI ਇੰਡਸਟਰੀ ਜਿਹੜੀ ਹੈ ਇਸਮੇ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੀ ਪਈ ਹੈ। ਔਰ ਸਾਡਾ ਇਹ ਕੀ ਹੈ ਕਿ ਸੋਸ਼ਲ ਡਿਸਟੈਂਸ ਜਿਹੜਾ ਉਹ ਬਣਾ ਕੇ ਰੱਖੋ,